ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਕੱਲਿਆਂ ਛੱਡ ਜਹਾਨੋ ਤੁਰ ਗਿਆ ਬਾਪ। 33 ਸਾਲਾ ਨੌਜਵਾਨ ਦੀ ਭੇਦ ਭਰੇ ਹਾਲਾਤਾਂ 'ਚ ਹੋਈ ਮੌਤ। ਬੇਹੱਦ ਮੰਦਭਾਗਾ ਸਾਹਮਣੇ ਆਇਆ ਹੈ ਮਾਮਲਾ ਬਟਾਲਾ ਤੋਂ, ਜਿੱਥੇ ਕਿ ਇੱਕ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ ਸੜਕ ਹਾਦਸੇ ਦੇ ਵਿੱਚ ਇਸਦੀ ਜਾਨ ਗਈ ਹੈ, ਪਰ ਲਗਾਤਾਰ ਪਰਿਵਾਰ ਦੇ ਵੱਲੋਂ ਜਿਹੜੀਆਂ ਗੱਲਾਂ ਆਖੀਆਂ ਜਾ ਰਹੀਆਂ ਨੇ ਉਸ ਅਨੁਸਾਰ ਉਸ ਦੀ ਮੌਤ ਦੇ ਪਿੱਛੇ ਕੋਈ ਰਹੱਸ ਹੈ। ਪਰਿਵਾਰ ਦਾ ਬੇਹੱਦ ਬੁਰਾ ਹਾਲ ਹੈ, ਰੋਂਦੇ ਹੋਏ ਪਰਿਵਾਰ ਦੀਆਂ ਤਾਹਾਂ ਸੁਣਨੀਆਂ ਵੀ ਮੁਸ਼ਕਲ ਨੇ। ਦਰਅਸਲ ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਪਿੰਡ ਕੋਟਲੀ ਸੂਰਤ ਮੰਡੀ ਦੇ ਪਿੰਡ ਤਾਰੋਵਾਲੀ ਤੋਂ ਉਦੋਵਾਲੀ ਜਾਂਦੇ ਰੋਡ 'ਤੇ 33 ਸਾਲਾ ਨੌਜਵਾਨ ਦੀ ਸੜਕ ਹਾਦਸੇ 'ਚ ਭੇਦ ਭਰੇ ਹਾਲਾਤਾਂ 'ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ। ਉੱਧਰ ਮ੍ਰਿਤਕ ਦੀ ਪਹਿਚਾਣ ਗੁਰਵਿੰਦਰ ਸਿੰਘ ਵਾਸੀ ਪਿੰਡ ਗਾਜੀ ਨੰਗਲ ਵਜੋਂ ਹੋਈ ਹੈ। ਮੌਤ ਦਾ ਸੁਨੇਹਾ ਮਿਲਦੇ ਹੀ ਪਿੰਡ ਦਾ ਮਾਹੌਲ ਗਮਗੀਨ ਹੋ ਗਿਆ। ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪਰਿਵਾਰ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ। ਕੀ ਕੁਝ ਪਰਿਵਾਰ ਦੇ ਵੱਲੋਂ ਦੁੱਖ ਸਾਂਝਾ ਕੀਤਾ ਗਿਆ ਹੈ ਅਤੇ ਕੀ ਕੁਝ ਹੋਰ ਮੰਗ ਹੈ, ਆਓ ਸੁਣਦੇ ਹਾਂ ਪਰਿਵਾਰਿਕ ਮੈਂਬਰਾਂ ਦੀ ਜਵਾਨੀ। ਮੇਰਾ ਨਾਮ ਜੀ ਜਸਪਾਲ ਸਿੰਘ ਹੈ। ਮੇਰਾ ਬ੍ਰਦਰ ਗੁਰਵਿੰਦਰ ਸਿੰਘ ਬੱਸ ਖਿਲਾਰ ਕੇ ਮੋਟਰਸਾਈਕਲ 'ਤੇ ਪਿੰਡ ਨੂੰ ਆ ਰਿਹਾ ਸੀ ਅਤੇ ਬਾਅਦ ਵਿੱਚ ਗਾਜੀ ਨੰਗਲ ਜੀ ਅਤੇ ਰਾਹ 'ਚ ਹੀ ਅਣਪਛਾਤੇ ਕਿਸੇ ਵਾਹਨ ਨਾਲ ਐਕਸੀਡੈਂਟ ਹੋ ਗਿਆ ਅਤੇ ਡੈਥ ਹੋ ਗਈ ਹੈ ਅਤੇ ਪੁਲਿਸ ਨੂੰ ਚਾਹੀਦਾ ਕਿ ਜੋ ਬੰਦੀ ਕਾਰਵਾਈ ਕਰੇ। ਤੁਹਾਨੂੰ ਕਿਵੇਂ ਪਤਾ ਲੱਗਾ? ਭਾਅ ਜੀ ਫੋਨ ਆਇਆ ਕਿ ਮੁੰਡਿਆਂ ਦਾ, ਉਹਨਾਂ ਨੇ ਮੋਟਰਸਾਈਕਲ ਪਛਾਣ ਕੇ ਤੁਹਾਨੂੰ ਦੱਸਿਆ ਕਿ ਤੁਹਾਡਾ ਇੱਦਾਂ ਬ੍ਰਦਰ ਇੱਦਾਂ ਕਿੱਥੇ ਪਏ ਜੀ। ਆਪਣਾ ਡੇਰਾ ਬਾਬਾ ਨਾਲ ਸ਼ਾਹਪੁਰ ਥਾਣੀ ਪਿੰਡ ਨੂੰ ਆ ਰਹੇ। ਅੱਛਾ, ਅਤੇ ਐਕਸੀਡੈਂਟ ਹੋਇਆ ਕਿੱਥੇ ਕਰਕੇ? ਇਹ ਜੀ ਧਾਰਾਬਾਈ ਤੋਂ ਆਪਣਾ ਉਦੋਬਾਈ ਤੋਂ ਧਾਰਾਬਾਈ ਰੋਡ ਦੇ ਵਿਚਕਾਰ। ਠੀਕ ਹੈ, ਅਤੇ ਵਿਆਹ ਕਵਾਰ ਹੈ? ਵਿਆਹ ਜੀ, ਦੋ ਬੱਚੇ ਛੱਡ ਲਏ। ਪ੍ਰਸ਼ਾਸਨ ਤੋਂ ਇਹ ਮੰਗ ਹੈ ਜੀ ਕਿ ਹੋ ਸਕਦਾ ਤਾਂ ਲੱਭੇ ਇਹਨਾਂ ਨੂੰ ਅਤੇ ਉਹਨਾਂ ਨੂੰ ਇਨਸਾਫ ਮਿਲੇ ਅਤੇ ਬੰਦੇ ਲੱਭੇ ਜਾਣ। ਪੁੱਛਣਾ ਇਹ ਤੱਕ ਤਾਂ ਹਾਂਜੀ 174 ਜੀ ਕਿੱਧਰ। ਠੀਕ ਹੈ, ਮੇਰਾ ਨਾਮ ਰਣਜੀਤ ਸਿੰਘ ਹੈ ਗਾਜੀ ਨੰਗਲ ਜੀ। ਸਾਡੇ ਪਿੰਡ ਦਾ ਨੌਜਵਾਨ ਗੁਰਵਿੰਦਰ ਸਿੰਘ ਜੋ ਆਪਣਾ ਬੱਸ 'ਤੇ ਕਨੈਕਟਰੀ ਕਰਦਾ ਸੀਗਾ, ਸ਼ਾਹਪੁਰ ਜਾ ਜਦੋਂ ਮੋਟਰਸਾਈਕਲ ਲੈ ਕੇ ਪਿੰਡ ਆ ਰਿਹਾ ਸੀਗਾ, ਰਸਤੇ ਦੇ ਵਿੱਚ ਆਉਂਦਿਆਂ ਹੀ ਕਿਸੇ ਅਣਪਛਾਤੇ ਵਾਹਨ ਦੀ ਐਕਸੀਡੈਂਟ ਹੋਣ ਕਰਕੇ ਮੌਤ ਹੋ ਗਈ। ਕਿੱਥੇ ਹੋਇਆ ਜੀ? ਇਹ ਦੁਵਾਲੀ ਤੋਂ ਧਾਰੋਵਾਲੀ ਦੇ ਵਿੱਚ ਹੋਇਆ ਜੀ। ਕਿਸੇ ਨੇ ਫੋਨ ਕੀਤਾ ਜੀ ਕਿ ਤੁਹਾਡਾ ਮੋਟਰਸਾਈਕਲ ਆ ਅਤੇ ਤੁਹਾਡਾ ਇੱਥੇ ਐਕਸੀਡੈਂਟ ਹੋਇਆ। ਸਰ ਨੇ 174 ਦੀ ਕਾਰਵਾਈ ਕੀਤੀ ਹੈ ਜੀ ਅਤੇ ਅੱਗੇ ਕੈਮਰੇ ਚੈੱਕ ਕਰਕੇ ਅਤੇ ਜੋ ਮਿਲੇਗਾ ਕੋਈ ਉਹਨਾਂ ਨੂੰ ਕਲੂ ਤਾਂ ਫਿਰ ਉਹ ਹਿਸਾਬ ਨਾਲ ਪੀ ਜਾਂਦੇ ਆ। ਨਹੀਂ ਤਾਂ ਮੰਗ ਕਰਦੇ ਹਾਂ ਕਿ ਇਹਨੂੰ ਇਨਸਾਫ ਮਿਲੇ, ਜੇ ਕੋਈ ਜੇ ਮਾਰ ਕੇ ਸੁੱਟ ਕੇ ਗਿਆ ਵਾ ਉਹਨੂੰ ਫੜਿਆ ਜਾਵੇ ਅਤੇ ਇਹਨਾਂ ਮੁਕੱਦਮਾ ਦਰਜ ਹੋਵੇ। ਮੌਕੇ 'ਤੇ ਡੈਥ ਹੋ ਗਈ? ਮੌਕੇ 'ਤੇ ਡੈਥ ਹੋ ਗਈ ਜੀ।